तनखाइया करार देने तो बाद सरदार सुखबीर सिंह बादल लोगों के बीच जाके लोगों मिल रहा है, पब्लिक को मिल रहा है, श्रोमणी गुरुद्वारा प्रबंधक कमेटी के मैंबरों को मिल रहा है। जिहड़ा कि तनखाइया करार दिता व्यक्ति है वह अजिहा नहीं कर सकता। कि अकाल तख्त साहब के हुक्मों की उलंघना करने वाले सरदार सुखबीर सिंह बादल के उत्ते इस कार्रवाई की जाए। सरदार हरजिंदर सिंह धामी भी दोषी है। सरदार हरजिंदर सिंह धामी ने पंथ को श्रोमणी गुरुद्वारा प्रबंधक कमेटी ढा लाई है। सरदार हरजिंदर सिंह धामी ने जो श्री अकाल तख्त साहब तो एक उन्होंने नोटिस गया कि तुम सौदा साध बारे जो उस समय दटना बन गया वो बारे जो मतलब इश्तेहारबाजी की श्रोमणी गुरुद्वारा प्रबंधक कमेटी ने उस संबंध में आता स्पष्टीकरण दौ तो इन्होंने आप स्पष्टीकरण देने की बजाय एक श्रोमणी कमेटी के सकत्र भेज दिता तो उस संबंध में पूरी जानकारी इन्हें छपाई श्रो अकाल तख्त साहब न बनती जी जानकारी वह नहीं दिती। श्री अकाल तख्त साहब साढ़े साहबों लिए सर्वोच्चतम है। दूसरे पासे श्री अकाल तख्त साहब ते सिंह साहबान उत्ते दोष लाने आरंभ करते, उन्हां दी कदारकशी करनी शुरू करती सरदार बिरसा सिंह बटोहा ने, जिहड़ी कि नहीं करनी चाहीदी सी। करदे आ कि बिरसा सिंह बटोहे नूं पंथ सौ छेकिया जावे। ਵਿਰਸਾ ਸਿੰਘ ਬਟੋਹੇ ਦੀ ਬਿਆਨਬਾਜ਼ੀ ਨੂੰ ਲੈ ਕੇ ਹੁਣ ਵੱਖ ਵੱਖ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਅੱਜ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆ ਕੇ ਜੋ ਆਪਣਾ ਮੰਗ ਪੱਤਰ ਦੇ ਰਹੇ ਨੇ ਤਾਂ ਸਾਡੇ ਨਾਲ ਮੈਂਬਰ ਸਾਹਿਬਾਨ ਵੀ ਮੌਜੂਦ ਹੈਗੇ ਨੇ, ਉਹਨਾਂ ਨਾਲ ਵੀ ਗੱਲ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਜੀ ਤੁਸੀਂ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚੇ ਹੋ, ਕੀ ਮੰਗ ਲੈ ਕੇ ਆਏ ਹੋ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਪਾਸ ਮੰਗ ਪੱਤਰ ਲੈ ਕੇ ਅੱਜ ਪਹੁੰਚੇ ਹਾਂ। ਅਸੀਂ ਇੱਥੇ ਇਸ ਗੱਲ ਦੀ ਮੰਗ ਕੀਤੀ ਹੈ ਕਿ ਇਹ ਤਨਖਾਹੀਆ ਕਰਾਰ ਦੇਣ ਤੋਂ ਬਾਅਦ ਸਰਦਾਰ ਸੁਖਬੀਰ ਸਿੰਘ ਬਾਦਲ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਮਿਲ ਰਿਹਾ ਹੈਗਾ, ਪਬਲਿਕ ਨੂੰ ਮਿਲ ਰਿਹਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਮਿਲ ਰਿਹਾ ਹੈਗਾ। ਜਿਹੜਾ ਕਿ ਤਨਖਾਹੀਆ ਕਰਾਰ ਦਿੱਤਾ ਵਿਅਕਤੀ ਹੈ ਉਹ ਅਜਿਹਾ ਨਹੀਂ ਕਰ ਸਕਦਾ। ਸੋ ਅਸੀਂ ਪਹਿਲੀ ਮੰਗ ਤਾਂ ਇਹੀ ਕੀਤੀ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਉੱਤੇ ਇਸ ਕਾਰਵਾਈ ਕੀਤੀ ਜਾਵੇ। ਔਰ ਦੂਸਰੀ ਇਹ ਮੰਗ ਕੀਤੀ ਹੈਗੀ ਕਿ ਹਰਜਿੰਦਰ ਸਿੰਘ ਧਾਮੀ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਾ, ਇਹਦੇ ਪਿਛਲੇ 3 ਸਾਲਾਂ ਦਾ ਜੋ ਕਾਰਜਕਾਲ ਹੈ ਇਸ ਕਾਰਜਕਾਲ ਦਾ ਦੌਰਾਨ ਇਹਨਾਂ ਨੇ ਵੀ ਸ਼੍ਰੋਮਣੀ ਮਤਲਬ ਅਕਾਲੀ ਦਲ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨੂੰ ਕਾਫੀ ਢਾਹ ਲਾਈ ਹੈ ਤੇ ਇਹਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਪਰਵਾਹ ਨਹੀਂ ਕੀਤੀ ਔਰ ਵੱਖਰਾ ਚੈਨਲ ਚਲਾਉਣ ਦੀ ਸ਼੍ਰੋਮਣੀ ਕਮੇਟੀ ਵੱਲੋਂ ਚੈਨਲ ਚਲਾਉਣ ਦਾ ਜੋ ਹੁਕਮ ਜਾਰੀ ਕੀਤਾ ਸੀ ਔਰ ਜੋ ਉਹ 328 ਲਾਭ ਪਤਾ ਸਰੂਪ ਸਨ ਉਹਨਾਂ ਦੇ ਸੰਬੰਧ ਵਿੱਚ ਇੱਕ ਫੈਸਲਾ ਇਹ ਆਇਆ ਸੀ ਕਿ ਕੋਹਲੀ ਐਂਡ ਕੰਪਨੀ ਜੋ ਆਡਿਟ ਕਰਦੀ ਹੈ ਜਿਨ੍ਹਾਂ ਕੰਨੀ 7.5 ਕਰੋੜ ਰੁਪਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਿਆ ਹੈ ਉਹ ਤੋਂ ਵਸੂਲ ਕਰਵਾਇਆ ਜਾਵੇ। ਸੋ ਇਹਨਾਂ ਨੇ ਨਾ ਉਹ ਕੋਈ ਕਾਰਵਾਈ ਕੀਤੀ ਹੈ ਅਤੇ ਨਾ ਹੀ ਹਰਜਿੰਦਰ ਸਿੰਘ ਧਾਮੀ ਨੇ ਬੰਦੀ ਸਿੰਘਾਂ ਨੂੰ ਛਡਾਉਣ ਦੇ ਸੰਬੰਧ ਵਿੱਚ ਕੋਈ ਠੋਸ ਪ੍ਰੋਗਰਾਮ ਦਿੱਤਾ ਹੈ, ਸਗੋਂ ਉਲਟਾ ਦਿੱਲੀ ਦੇ ਨਾਲ ਸਾਂਝਗਾਂਢ ਕਰਕੇ ਇਹ ਦਿੱਲੀ ਵਿਖੇ ਰੱਖਿਆ ਗਿਆ ਮਤਲਬ ਪ੍ਰੋਗਰਾਮ ਉਹਨੂੰ ਵੀ ਵਾਪਸ ਲੈ ਲਿਆ। ਸੋ ਅਸੀਂ ਇਹ ਸਮਝਦੇ ਹਾਂ ਕਿ ਹਰਜਿੰਦਰ ਸਿੰਘ ਧਾਮੀ ਨੇ ਜਿਹਨੇ 24 ਲੱਖ ਤੋਂ ਵੱਧ ਮਤਲਬ ਫਾਰਮ ਭਰਵਾ ਕੇ ਵੱਖ ਵੱਖ ਮਤਲਬ ਬੰਦੀ ਸਿੰਘਾਂ ਦੇ ਸੰਬੰਧ ਵਿੱਚ ਉਹਨਾਂ ਫਾਰਮਾਂ ਨੂੰ ਰਾਸ਼ਟਰਪਤੀ ਪਾਸ ਪਹੁੰਚਦਾ ਨਹੀਂ ਕੀਤਾ। ਸੋ ਅਸੀਂ ਸਮਝਦੇ ਹਾਂ ਵੀ ਇਹ ਸਾਰੀਆਂ ਘਟਨਾਵਾਂ ਦੇ ਵਿੱਚ ਸਰਦਾਰ ਹਰਜਿੰਦਰ ਸਿੰਘ ਧਾਮੀ ਵੀ ਦੋਸ਼ੀ ਹੈ। ਸਰਦਾਰ ਹਰਜਿੰਦਰ ਸਿੰਘ ਧਾਮੀ ਨੇ ਪੰਥ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਢਾਹ ਲਾਈ ਹੈ। ਸਰਦਾਰ ਹਰਜਿੰਦਰ ਸਿੰਘ ਧਾਮੀ ਨੇ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਹ ਉਹਨਾਂ ਨੂੰ ਨੋਟਿਸ ਗਿਆ ਕਿ ਤੁਸੀਂ ਇਹ ਸੌਦਾ ਸਾਧ ਬਾਰੇ ਜੋ ਉਸ ਸਮੇਂ ਦੀਆਂ ਘਟਨਾ ਬਣ ਗਈਆਂ ਉਹਦੇ ਬਾਰੇ ਜੋ ਮਤਲਬ ਇਸ਼ਤਿਹਾਰਬਾਜ਼ੀ ਕੀਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਸੰਬੰਧ ਵਿੱਚ ਆਪਦਾ ਸਪਸ਼ਟੀਕਰਨ ਦਿਓ ਤਾਂ ਇਹਨਾਂ ਨੇ ਆਪ ਸਪਸ਼ਟੀਕਰਨ ਦੇਣ ਦੀ ਬਜਾਏ ਇਹ ਇੱਕ ਸ਼੍ਰੋਮਣੀ ਕਮੇਟੀ ਦੇ ਇਹ ਸਕੱਤਰ ਨੂੰ ਭੇਜ ਦਿੱਤਾ ਅਤੇ ਉਸ ਸੰਬੰਧ ਵਿੱਚ ਪੂਰੀ ਜਾਣਕਾਰੀ ਇਹਨੇ ਛਪਾਈ ਅਕਾਲ ਤਖ਼ਤ ਸਾਹਿਬ ਨੂੰ ਬਣਦੀ ਜਿਹੜੀ ਜਾਣਕਾਰੀ ਉਹ ਨਹੀਂ ਦਿੱਤੀ। ਅਸੀਂ ਮੰਗ ਕਰਦੇ ਹਾਂ ਕਿ ਉਸ ਸਮੇਂ ਦੇ ਪ੍ਰਧਾਨ ਸਰਦਾਰ ਅਵਤਾਰ ਸਿੰਘ ਜੀ ਮੱਕੜ, ਉਸ ਸਮੇਂ ਦੇ ਮੁੱਖ ਸਕੱਤਰ ਸਾਹਿਬ ਅਤੇ ਹੋਰ ਜੋ ਮਤਲਬ ਇਸ ਸਾਰੀ ਘਟਨਾ ਨਾਲ ਸੰਬੰਧ ਸਨ ਉਹਨਾਂ ਦੀਆਂ ਸੋਸ਼ਲ ਮੀਡੀਆ 'ਤੇ ਵੀਡੀਓ ਚੱਲ ਰਹੀਆਂ ਨੇਗੀਆਂ, ਉਹਨਾਂ ਵੀਡੀਓ ਨੂੰ ਆਧਾਰ ਬਣਾ ਕੇ ਇਸ ਸਿੰਘ ਸਾਹਿਬਾਨ ਜੀ
इन्हां दे खिलाफ जो जो इस सौदा साध नूं माफी देण दे विच जो इंसान जो व्यक्ति जिम्मेवार नेगे उन्हां सारा खिलाफ बनदी कारवाई कीती जावे। ਨਾਲ ਨਾਲ ਜੋ ਵਿਰਸਾ ਸਿੰਘ ਵਲਟੋਹਾ ਹੋਣਾ ਵੱਲੋਂ ਕਿਹਾ ਗਿਆ ਕਿ ਜੋ ਸਿੰਘ ਸਾਹਿਬ ਹੈਗੇ ਨੇ ਉਹਨਾਂ ਦੇ ਉੱਤੇ ਆਰਐਸਐਸ ਬੀਜੇਪੀ ਦਾ ਦਬਾਅ ਹੈਗਾ, ਤੁਸੀਂ ਇਸ ਚੀਜ਼ ਨੂੰ ਕਿਵੇਂ ਵੇਖ? ਬੜੇ ਦੁੱਖ ਦੀ ਗੱਲ ਹੈ ਕਿ ਇੱਕ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ ਸਾਡੇ ਸਾਰਿਆਂ ਲਈ ਸਰਬਉੱਚਤਮ ਹੈ, ਦੂਸਰੇ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਿੰਘ ਸਾਹਿਬਾਂ ਉੱਤੇ ਦੋਸ਼ ਲਾਉਣੇ ਆਰੰਭ ਕਰਤੇ, ਉਹਨਾਂ ਦੀ ਕਦਾਰਕਸ਼ੀ ਕਰਨੀ ਸ਼ੁਰੂ ਕਰਤੀ ਸਰਦਾਰ ਵਿਰਸਾ ਸਿੰਘ ਵਲਟੋਹਾ ਨੇ, ਜਿਹੜੀ ਕਿ ਨਹੀਂ ਕਰਨੀ ਚਾਹੀਦੀ ਸੀਗੀ। ਜੋ ਪਿਛਲੇ ਦਿਨੀ ਜੋ ਕੱਲ੍ਹ ਉਹਨਾਂ ਦਾ ਬਿਆਨ ਹੈ, ਬੜਾ ਮੰਦਭਾਗਾ ਬਿਆਨ ਹੈ। ਅਫਸੋਸ ਦੀ ਗੱਲ ਇਹ ਹੈ ਸਾਹਿਬ ਵਿਰਸਾ ਸਿੰਘ ਵਲਟੋਹਾ ਵਰਗੇ ਇਹ ਮਤਲਬ ਇਨਸਾਨ ਜੇ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਸੰਸਥਾਵਾਂ ਨੂੰ ਢਾਹ ਲਾਉਣ ਲੱਗੇ ਤਾਂ ਫਿਰ ਬਾਕੀ ਸਾਡੇ ਕੋਲ ਕੀ ਬਚੂਗਾ? ਸੋ ਅਸੀਂ ਮੰਗ ਕਰਦੇ ਹਾਂ ਕਿ ਵਿਰਸਾ ਸਿੰਘ ਵਲਟੋਹੇ ਨੂੰ 500 ਛੇਕਿਆ ਜਾਵੇ। ਹੁਣ ਕਿਤਨਾ ਕਿਤੇ ਲੱਗਦਾ ਕਿ ਜੋ ਸਿੰਘ ਸਾਹਿਬ, ਕਿਉਂਕਿ ਕੱਲ੍ਹ ਤੱਕ ਦਾ ਟਾਈਮ ਜਿਹੜਾ ਵਿਰਸਾ ਸਿੰਘ ਵਲਟੋਹਾ ਉਹਨਾਂ ਨੂੰ ਵੀ ਦੇ ਦਿੱਤਾ ਗਿਆ, ਤਾਂ ਲੱਗਦਾ ਕਿ ਕੋਈ ਕਾਰਵਾਈ ਹੋਊਗੀ ਅਹਿਮ? ਅਸੀਂ ਸਮਝਦੇ ਹਾਂ ਵੀ ਅਗਰ ਵਿਰਸਾ ਸਿੰਘ ਵਲਟੋਹਾ ਜੀ ਆ ਕੇ ਕੋਈ ਤੱਥ ਆਪਦੇ ਨਹੀਂ ਪੇਸ਼ ਕਰਦੇ ਜਾਂ ਉਹਦੇ ਮਨਘੜਤ ਤੱਥ ਬਣਾਏ ਗਏ ਹੋਣਗੇ ਉਹਨਾਂ ਪਾਸ ਜੇ, ਅਤੇ ਜੇ ਅਗਰ ਸਹੀ ਨਹੀਂ ਪਾਏ ਜਾਂਦੇ ਜਿਹੜੇ ਉਹਨਾਂ ਦੋਸ਼ ਲਏ ਨੇ, ਤਾਂ ਫਿਰ ਅਕਾਲ ਤਖ਼ਤ ਸਾਹਿਬ ਨੂੰ ਜੋ ਉਹਦਾ ਬਿਆਨ ਆ ਉਹਨੇ ਬਹੁਤ ਵੱਡੀ ਢਾਹ ਲਾਈ ਹੈ। ਸੋ ਵਿਰਸਾ ਸਿੰਘ ਵਲਟੋਹੇ ਨੂੰ 500 ਤੁਰੰਤ ਛੇਕਣ ਦਾ ਫੈਸਲਾ ਜਿਹੜਾ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕਰਨਾ ਚਾਹੀਦਾ।